सूबे की कैप्टन सरकार के एक फरमान ने मुड़ तो सवाल खड़े किए ने। 8 सरकारी कॉलेजों को यह हुक्म जारी हुआ। अकाली दल ने सवाल चुकया कि अजिहे हुक्म नहीं जारी करने चाहिए। दरअसल अकाली दल के सबका सिक्ख्या मंत्री डॉक्टर दलजीत सिंह चीमा के मुताबिक सरकार ने कॉलेजों तो फंड मंगया कि 5-5 लाख रुपए जमा करवाओ, नवे कॉलेजों की शुरुआत लई फंड मंगे गए ने। श्रोमणी अकाली दल ने सरकार के इस फरमान से सवाल चुकया है। चंडीगढ़ लैके चलेंगे नीतिका महेश्वरी, साथ नाल जुड़ चुके। नीतिका, सरकार के फरमान च है की है, क्यों जरूरत पई कि सरकार 5-5 लाख रुपए हुण कॉलेजों तो मंग रही है? बिल्कुल, यह फरमान जारी किया गया है किशन, दो फरमान ने, एक कल जारी किया गया है, एक 5 ते 6 तरीक नूं जिहड़ा है जारी किया गया सीगा। उहदे विच जे कल दे फरमान की गल की जाए, उहदे विच उन्होंने 8 कॉलेजों नूं लिखिया है। लुधियाने के कॉलेज ने, बठिंडा के ने, पटियाला दे ने, यानी कि जो सरकारी कॉलेज आए सी, रजिंद्रा की गल कर लिए या फिर होर मेडिकल कॉलेज ने, कुड़ियां दा जिहड़ा है कॉलेज है, उन्होंने फरमान जारी किया है कि तुसी 5-5 लाख रुपए सानू दो, असी नवे कॉलेज जिहड़े ने उह शुरू करने ने। ते तुसी खुद सोच के देखो कि की 40 लाख रुपए नाल की कोई कॉलेज शुरू हो जाता है, यानी कि सिर्फ 8 कॉलेजों तो 5-5 लाख रुपए मंग ले रहे ने। इस नाल ही जो पहला फरमान जारी होया सी उहदे विच दस दिओ, उहदे विच फर्नीचर तक मंगया गया है, टीचर तक मंगे गए ने। ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਕਿਉਂਕਿ ਸਾਡੇ ਕੋਲ ਸਮਾਂ ਜ਼ਿਆਦਾ ਨਹੀਂ ਹੈਗਾ ਤੇ 2022 ਤੋਂ ਪਹਿਲਾਂ ਅਸੀਂ ਜਿਹੜੇ ਨੇ ਇਹ ਕਾਲਜਸ ਸ਼ੁਰੂ ਕਰਨੇ ਨੇ, ਇਸ ਲਈ ਸਾਨੂੰ ਫਰਨੀਚਰ ਵੀ ਦਿਓ, ਨਾਲੇ ਕੋਈ ਬੁੱਕਸ ਨੇ ਉਹ ਵੀ ਸਾਨੂੰ ਦੇ ਦਿਓ, ਕੋਈ ਨਾਨ ਟੀਚਿੰਗ ਜਾਂ ਟੀਚਿੰਗ ਸਟਾਫ ਹੈ ਉਹ ਵੀ ਸਾਨੂੰ ਮੁਹੱਈਆ ਕਰਵਾਓ, ਕਿਉਂਕਿ ਅਸੀਂ ਜਲਦ ਤੋਂ ਜਲਦ ਇਹ ਕਾਲਜ ਜਿਹੜੇ ਨੇ ਸ਼ੁਰੂ ਕਰਨੇ ਨੇ। ਇਸ ਲਈ ਅਕਾਲੀ ਦਲ ਸਵਾਲ ਚੁੱਕ ਰਿਹਾ ਕਿ ਤੁਸੀਂ ਚਲੋ ਵਾਅਦਾ ਕੀਤਾ ਹੋਣਾ ਕਾਲਜ ਓਪਨ ਕਰਨ ਦਾ, ਨਵੇਂ ਕਾਲਜ ਜਿਹੜੇ ਓਪਨ ਕਰਨੇ, ਪੰਜਾਬ ਸਰਕਾਰ ਨੇ ਵਾਅਦੇ ਕੀਤੇ ਹੈ, ਕਾਂਗਰਸ ਪਾਰਟੀ ਨੇ ਵਾਅਦੇ ਕੀਤੇ ਹੈ, ਪਰ ਉਸਦਾ ਬੋਝ ਜਿਹੜਾ ਹੈ ਉਹ ਪੁਰਾਣੇ ਕਾਲਜਿਸ ਤੇ ਨਾ ਪਾਓ, ਕਿਉਂਕਿ ਉਹ ਕਾਲਜਿਸ ਉਹ ਫੰਡਸ ਦਾ ਇਸਤੇਮਾਲ ਡਿਵੈਲਪਮੈਂਟ ਲਈ ਕਰਨਗੇ, ਇਨਫਰਾਸਟ੍ਰਕਚਰ ਲਈ ਕਰਨਗੇ ਆਪਣੇ ਕਾਲਜ ਦੇ, ਪਰ ਉਹਨਾਂ ਤੋਂ ਹੀ 5-5 ਲੱਖ ਰੁਪਏ ਜਿਹੜੇ ਨੇ ਮੰਗ ਲਏ ਗਏ ਨੇ। ਨਾਲੇ ਤੁਸੀਂ ਸੋਚੋ ਕਿ ਸਰਕਾਰ ਦੀ ਇੰਨੀ ਬੁਰੀ ਹਾਲਤ ਹੋ ਗਈ ਕਿ 40 ਲੱਖ ਰੁਪਏ ਲੈਣ ਵਾਸਤੇ ਉਹਨਾਂ ਵੱਲੋਂ ਪੁਰਾਣੇ ਕਾਲਜਿਸ ਨੂੰ ਲਿਖਿਆ ਜਾ ਰਿਹਾ ਕਿ ਤੁਸੀਂ 5-5 ਲੱਖ ਸਾਨੂੰ ਦਿਓ। ਇਸ ਲਈ ਅਕਾਲੀ ਦਲ ਸਵਾਲ ਚੁੱਕ ਰਿਹਾ ਹੈ ਕੀ 40 ਲੱਖ ਨਾਲ ਤੁਹਾਡਾ ਕੀ ਬਣੇਗਾ, ਤੇ ਤੁਸੀਂ ਨਾ ਸਿਰਫ ਪੈਸੇ ਕਾਲਜ ਓਪਨ ਕਰਨ ਲਈ ਮੰਗ ਰਹੇ ਹੋ ਬਲਕਿ ਫਰਨੀਚਰ ਤੱਕ ਜਿਹੜਾ ਹੈ ਉਹ ਮੰਗਿਆ ਜਾ ਰਿਹਾ। ਅਨਿਤਿਕਾ, ਅਸੀਂ ਵੇਖਿਆ ਕਿ ਸਰਕਾਰ ਦਾ ਖਜ਼ਾਨਾ ਤਾਂ ਖਜ਼ਾਨਾ ਲੱਗ ਹੀ ਨਹੀਂ ਰਿਹਾ, ਕਿਉਂਕਿ ਖਾਲੀ ਜਦੋਂ ਖਜ਼ਾਨਾ ਹੋ ਜਾਵੇ ਉਸ ਨੂੰ ਖਜ਼ਾਨਾ ਨਹੀਂ ਕਿਹਾ ਜਾ ਸਕਦਾ। ਸਰਕਾਰ ਲਗਾਤਾਰ ਕਰਜ਼ੇ ਵਿੱਚ ਹੈ, 70,000 ਕਰੋੜ ਦਾ ਕਰਜ਼ਾ ਇਸ ਟਰਮ ਦੇ ਵਿੱਚ ਚੜਿਆ, ਪਰ ਜੋ ਸਿਚੁਏਸ਼ਨ ਹੁਣ ਸਰਕਾਰ ਦੀ ਬਣੀ ਹੋਈ ਹੈ, ਇਹ ਲੱਗਦਾ ਕੀ ਹੈ ਸਿੱਖਿਆ ਨੂੰ ਲੈ ਕੇ? ਜੇ ਸਰਕਾਰ 5-5 ਲੱਖ ਰੁਪਏ ਕਾਲਜਾਂ ਤੋਂ ਮੰਗ ਰਹੀ ਹੈ ਤਾਂ ਆਉਣ ਵਾਲੇ ਸਮੇਂ 'ਚ ਤਾਂ ਇੰਨੇ ਚਿੰਤਾਜਨਕ ਜਿਹੜੇ ਹਾਲਾਤ ਹੋਣਗੇ ਕਿ ਤਨਖਾਹਾਂ ਕਿਵੇਂ ਸਰਕਾਰ ਐਲੋਕੇਟ ਕਰੇਗੀ? ਦੇਖੋ ਕਿਸ਼ਨ, ਸਵਾਲ ਪਤਾ ਕਿਉਂ ਉੱਠਦੇ ਨੇ ਕਿ ਤੁਸੀਂ ਬਹੁਤ ਸਾਰੇ ਪ੍ਰੋਜੈਕਟਸ ਨੂੰ ਸ਼ੁਰੂ ਕਰਨ ਲਈ ਕਰੋੜਾਂ ਰੁਪਏ ਰਿਲੀਜ਼ ਕਰਦੇ ਹੋ, ਜਦੋਂ ਗੱਲ ਆਉਂਦੀ ਹੈ ਸਿੱਖਿਆ ਦੀ, ਜਦੋਂ ਗੱਲ ਆਉਂਦੀ ਹੈ ਕਾਲਜ ਦੀ, ਸਕੂਲਾਂ ਦੀ, ਉਦੋਂ ਤੁਸੀਂ ਕਿਉਂ ਨਹੀਂ ਫੰਡਸ ਜਿਹੜੇ ਨੇ ਉਹ ਸਾਈਡ ਤੇ ਰੱਖਦੇ? ਤੁਸੀਂ ਪੁਰਾਣੇ ਕਾਲਜਿਸ ਤੋਂ ਮੰਗ ਰਹੇ ਹੋ, ਤੁਸੀਂ ਖੁਦ ਸੋਚੋ ਕਿ ਕਿੰਨੇ ਤਾਂ ਕਾਲਜਿਸ ਕਮਾ ਪਾਉਂਦੇ ਨੇ, ਤੇ ਉਸ ਤੋਂ ਬਾਅਦ ਹੁਣ ਤੁਸੀਂ ਕੋਵਿਡ ਦਾ ਪੀਰੀਅਡ ਵੀ ਦੇਖ ਰਹੇ ਹੋ, ਹਨਾ, ਤੇ ਉਸ 'ਚ ਤੁਸੀਂ ਜਿਹੜੇ ਵੀ ਫੰਡਸ ਆਉਂਦੇ ਨੇ ਉਹ ਕਾਲਜ ਆਪਣੀ ਡਿਵੈਲਪਮੈਂਟ ਲਈ ਯੂਜ਼ ਕਰਦਾ ਹੈ, ਇਨਫਰਾਸਟ੍ਰਕਚਰ ਲਈ ਯੂਜ਼ ਕਰਦਾ ਹੈ, ਚਾਹੇ ਜੇ ਇੱਕ ਕਾਲਜ ਦੇ ਵਿੱਚ ਲਾਇਬ੍ਰੇਰੀ ਨਹੀਂ ਹੈ ਉਹ ਲਾਇਬ੍ਰੇਰੀ ਬਣਾਉਂਦੇ ਨੇ, ਕੋਈ ਲੈਬ ਬਣਾਉਂਦਾ ਹੈ, ਕੁਛ ਨਾ ਕੁਛ ਯੂਜ਼ ਕਰਦੇ ਹੈ ਉਸ ਫੰਡ ਦਾ। ਠੀਕ ਹੈ ਨਿਤਿਕਾ, ਤੁਸੀਂ ਲਾਈਨ ਤੇ ਬਣ ਰਹੇ ਹੋ ਸਾਡੇ ਨਾਲ, ਖੁਦ ਡਾਕਟਰ ਦਲਜੀਤ ਸਿੰਘ ਚੀਮਾ ਜੁੜ ਚੁੱਕੇ ਨੇ, ਸਾਬਕਾ ਸਿੱਖਿਆ ਮੰਤਰੀ ਰਹੇ ਨੇ, ਕਾਂਗਰਸ ਤੇ ਨਿਸ਼ਾਨੇ ਉਹ ਸਾਧ ਰਹੇ ਨੇ ਕਿ ਆਖਿਰਕਾਰ ਸਰਕਾਰ ਕਰ ਕੀ ਰਹੀ ਹੈ। ਚੀਮਾ ਸਾਹਿਬ, ਤੁਹਾਡਾ ਸਵਾਗਤ ਹੈ। ਅਸੀਂ ਇਹ ਖਬਰ ਨੂੰ ਪ੍ਰਮੁੱਖਤਾ ਨਾਲ ਨਸ਼ਰ ਕਰ ਰਹੇ ਹਾਂ ਜੀ ਕਿ 5-5 ਲੱਖ ਰੁਪਏ ਸਰਕਾਰੀ ਫਰਮਾਨ ਦੇ ਤਹਿਤ ਮੰਗੇ ਗਏ ਨੇ। ਅਕਾਲੀ ਦਲ ਦਾ ਸੈਕਿੰਡ ਰਿਐਕਸ਼ਨ ਕੀ ਹੈ, ਕਿਉਂਕਿ ਅਸੀਂ ਫਸਟ ਰਿਐਕਸ਼ਨ ਤੁਹਾਡਾ ਚਲਾ ਚੁੱਕੇ ਹਾਂ। ਦੇਖੋ, ਗੱਲ ਇਹ ਹੈ, ਬੜੀ ਹੈਰਾਨੀ ਦੀ ਗੱਲ ਹੈ ਕਿ ਗੌਰਮੈਂਟ ਕਿਸ ਤਰੀਕੇ ਲੋਕਾਂ ਦੇ ਨਾਲ ਇੱਕ ਤੋਂ ਬਾਅਦ ਦੂਜਾ ਫਰਾਡ ਕਰ ਰਹੀ ਹੈ। ਹੁਣ ਇਲੈਕਸ਼ਨ ਨੇੜੇ ਆ ਗਈ ਹੈ ਤੇ ਹੁਣ ਜੁੱਤੀ ਲਾ ਕੇ ਭੱਜਣਾ ਸ਼ੁਰੂ ਹੋ ਗਿਆ ਕੰਮ। ਜਿੱਥੇ ਕੋਈ ਬਿਲਡਿੰਗ ਨਹੀਂ ਹੈ, ਕੋਈ ਕਾਲਜ ਦੀ ਅੱਜ ਦੀ ਤਰੀਕ ਦੇ ਵਿੱਚ ਹੋਂਦ ਨਹੀਂ ਹੈ, ਉੱਥੇ ਨਵਾਂ ਕਾਲਜ ਖੋਲਣਾ ਹੈ, ਉਹਦੇ ਵਾਸਤੇ ਪੈਸਾ ਨਹੀਂ ਹੈ। ਪੁਰਾਣੇ ਗਵਰਨਮੈਂਟ ਕਾਲਜ ਨੂੰ ਆਟ ਹੋਇਆ ਕਿ ਆਪਣੇ ਜਿਹੜੇ ਫੰਡ ਦੇ ਵਿੱਚ ਵੀ 5 ਲੱਖ ਤੋਂ ਵੱਧ ਰੁਪਇਆ ਹੈ ਉਹ ਕਢਾ ਕੇ ਭੇਜੋ, ਨਵਾਂ ਕਾਲਜ ਮੈਂ ਜਾ ਸਕੇ। ਦੂਜਾ ਆਰਡਰ ਕਾਲਜਾਂ ਨੂੰ ਗਿਆ ਕਿ ਜੇ ਤੁਹਾਡੇ ਕੋਲ ਵਾਧੂ ਫਰਨੀਚਰ ਹੈ ਉਹਨੂੰ ਸਰੈਂਡਰ ਕਰੋ, ਨਵੇਂ ਕਾਲਜ ਬਣਾਉਣੇ ਹੈ। ਤੀਸਰੇ, ਉਹਨਾਂ ਤੋਂ ਮੰਗ ਕੀਤੀ ਗਈ ਹੈ ਕਿ ਜਿਹੜੀਆਂ ਲਾਇਬ੍ਰੇਰੀ ਦੀਆਂ ਕਿਤਾਬਾਂ ਹੈ ਉਹ ਸਾਨੂੰ ਦਿਓ, ਨਵੇਂ ਕਾਲਜ ਨੂੰ ਦੇਣੀਆਂ। ਔਰ ਚੌਥਾ ਹੋਇਆ ਕਿ ਜੇ ਸਟਾਫ ਤੁਹਾਡੇ ਕੋਲ ਜਿਹੜਾ ਵਾਧੂ ਹੈ ਉਹਦੀ ਸਾਨੂੰ ਲਿਸਟ ਦਿਓ,
वो नवे कॉलेज नूं देना है ते जे तुहाडे कोल गैस्ट फैकल्टी है तो उहदी तनखाह भी तुहानूं देनी पई। इस तरह की वर्किंग जी गवर्नमेंट की है बड़े फराड पहला किए हैं इन्होंने पंजाब की जनता के नाल। यह बच्चों के भविख के नाल खिलवाड़ है कि हुण तुसीं नींह पत्थर रख के किसी जी है बिल्डिंग के उन्होंने चार दिन कोई सरकारी हो किसी भी हो लैके बिठा दोगे ना तुम स्टाफ उसे वास्ते किया ना बिल्डिंग बनाई ना लाइब्रेरी बनाई ना लैब्स बनाई ना होर कोई चीज बनाई। तो पुराने कॉलेज जे अजकल बड़ी मुश्किल हालातों चो निकलते पे है उन्होंने गला घुट के तुम उन्होंने जबरदस्ती चीजा इकट्ठिया करके तो नवा एक शो करके उद्घाटन कर दोगे कि यह पंजाब के एजुकेशन सिस्टम के साथ खिलवाड़ नहीं होगा। तुम घट्टो घट्ट इन्होंने हालातों के पुराने कॉलेज बचा के रख लो उन्होंने घाटा पूरी कर दो जो माहौल ठीक होमीजिएटली उत्थे पढ़ाई शुरू हो सके। इस तरह के फराड करके तुम पुराने भी बंद कर दोगे तो नवा भी तुहाडे कोल कोई जिहड़ा खोल नहीं सकना। यह जिहड़ा ड्रामा है कांग्रेस को स्टाफ करना चाहिए। अचीमा जी बिल्कुल दुरुस्त कहा तुसी कि अठ सरकारी कॉलेजों जो हुक्म जारी हुए है पर सवाल तो यह है ना चीमा जी कि 40 लाख रुपया मंग लिया गया है वह 40 लाख चलेगा कदों तक वह भी तो लिमिटेड है ना। सरकार आने वाले समय च किस तरह की फिर रणनीति बनावे इस तरह तो जेडे भांडे खाली हो चुके ने सरकार के खजाना खाली है। नहीं इन्होंने जो नीह पत्थर का समागम करना वह 5-5 लाख रुपया घट्टो घट्ट इन्होंने मिल गया कि नीह पत्थर रख दिता जाएगा लोगों की अखा च घट्टा पाता जाएगा कि देखो जो अभी इलेक्शन मैनीफेस्टो के नवे कॉलेज गए थे वो खोल दिए गए और लिस्ट जी आ टीवी के उत्ते एडवरटाइजमेंट शुरू हो जाएगी कि इन्ने नवे कॉलेज खोले गए ये परपज तो हल हो ही सकता। बिल्कुल चीमा जी जिस हिसाब नाल तुसी कह रहे हो ये तो फिर एजुकेशन सिस्टम का बिल्कुल जाना निघार वाल असी जा रहे हैं। हालांकि तुसी कहा कि सरकार का काम यह नहीं हुंदा कि नीह पत्थर रखो पब्लिसिटी करवाओ पर तुसी लाइन ते रहे हो। चीमा जी साडे नाल मेरे सहयोग नीतिका महेश्वरी भी साडे नाल जुड़े हुए। नीतिका की लगता है देखो चीमा जी ने सवाल चुकया कि सरकारां दा काम कल्ला नीह पत्थर रखना नहीं हुंदा। चीमा जी तो मैं यही पूछना चाहूंगी कि तुम लगता है कि ये जो चोणां च उन्होंने वादे किए थे कि असीं होर कॉलेज ओपन करांगे ते इसलिए सिर्फ वो चुनावी वादा पूरा करने वास्ते ये सारा कुछ किया जा रहा है नाल ही जे दूजे प्रोजेक्ट्स लई करोड़ों रुपए रिलीज किए जा रहे हैं फिर नवे कॉलेज ओपन करने लई जिहड़े फंड्स दसे गए थे बजट सैशन दे विच कि असीं रखे ने वह कितने इस्तेमाल होणगे। चीमा जी आवाज आ रही है सो लगता है रबता टुट चुका मुड़ तो जुड़न की असं कोशिश करा सो वड्डी खबर दर्शकों को दस दिए कि सरकार ने एक हुक्म जारी किया है 5-5 लाख रुपए 8 कॉलेजों तो मंगे ने जिस विच कहा गया कि सारी जिहड़ी सूची तैयार करके दी जाए पर सब तो वड्डा सवाल तो यह है कि सरकार के नुमाइंदे जदों कॉलेजिज जां किसी होर संबंधी काम के संबंधी नींह पत्थर रखते ने तो उत्थे सरकार का फर्ज बन जाता है कि किवें फंड इकट्ठा होना है किवें बजटिंग होनी है किवें योजना वध तरीके नाल इस काम नूं निपटारा करना ना किस तरह होना चाहिए कि 5-5 लाख रुपए उन्हां कॉलेजों तो मंग ले जाण जो पहला ही चल रहे होण। पर सवाल यह है कि 8 कॉलेजों तो 5-5 लाख रुपया मंग के कि 40 लाख रुपए नाल सरकार किन्ने नवे कॉलेज बना सकती है।